ਗੁਰੂ ਦਾ ਸਰਪੰਚ ਹਾਂ ਮੈਂ। ਸਾਡੇ ਪਿੰਡ ਦਾ ਕੋਈ ਵੀ ਦੂਜਾ ਕੋਈ ਕੰਮ ਕਰਨ ਦੇ ਇੱਥੋਂ ਤੱਕ ਕਿ ਕਤਲ ਵੀ ਹੋ ਗਿਆ, ਉਦੋਂ ਵੀ ਧਰਨੇ ਲਵਾ ਕੇ ਅਸੀਂ ਪਿੰਡ ਦੇ ਨੇ ਪਰਚਾ ਕਰਾਇਆ, ਫਿਰ ਵੀ ਜਿਹੜੇ ਮੇਨ ਦੋਸ਼ੀ ਸੀਗੇ ਵਿੱਚੋਂ ਸਾਰੇ ਬਾਹਰ ਕੱਢਤੇ ਉਹ। ਪਿੰਡ ਦੇ ਵਾਲੀ ਕਿੱਥੋਂ ਤੱਕ ਹੁੰਦੀ ਹੈ, ਮੇਰੀ ਕਿੱਥੋਂ ਤੱਕ ਹੁੰਦੀ, ਪਿੰਡ ਦੇ ਨੂੰ ਆਸ ਨਹੀਂ ਸਰਪੰਚ ਤੱਕ, ਸਰਪੰਚ ਦੀ ਗਾਂ ਬਈ ਚੱਲਦੀ ਨਹੀਂ, ਕੁਝ ਸੁਣਦਾ ਨਹੀਂ, ਕੋਈ ਸੁਣਵਾਈ ਨਹੀਂ ਕਰਦਾ ਹੈਗਾ। ਨਰੇਗਾ ਦੇ ਵਿੱਚੋਂ ਮੈਂ 15-20 ਲੱਖ ਰੁਪਈਏ ਕੋਲੋਂ ਲਾਈ ਬੇਟਾ ਆਪਦੇ, ਉਹਨੀ ਕੁ ਪ੍ਰੋਪਰਟੀ ਦਾ ਮਾਲਕ ਹਾਂ ਮੈਂ, ਉਹ ਵੀ ਥੱਕਾ ਹੋਈ ਜਾਂਦਾ ਮੇਰੇ ਨੇ। ਅੱਜ ਐਸ ਆਈ ਡੀ ਦੀਆਂ ਵੋਟਾਂ ਉਸ ਐਸ ਐਚ ਓ ਨੇ ਜਿਹਨੇ ਕੁੜੀ ਦੇ ਕਤਲ ਮੌਕੇ ਦੂਜਾ ਸਾਨੂੰ ਦਬਕੇ ਮਾਰਦਾ ਜੀ, ਅੱਜ ਉਹਨਾਂ ਨੂੰ ਧੱਕੇ ਮਾਰ ਮਾਰ ਕੇ ਮੈਨੂੰ ਐਸ ਆਈ ਡੀ ਦੇ ਵਿੱਚੋਂ ਬਾਹਰ ਕੱਢਦਾ। ਧੱਕਾ ਕਰਨਾ ਕਹਿੰਦੇ ਦੂਜਾ, ਜਿਹੜੇ ਸਾਡੇ ਪਿੰਡ ਦੇ ਫਾਰਮ ਸੀਗੇ ਕਹਿੰਦੇ ਤੁਸੀਂ ਅਸੀਂ 9 ਵਜੇ ਤੇ ਆਏ ਹਾਂ, ਕਹਿੰਦੇ ਤੁਸੀਂ 11 ਵਜੇ ਤੋਂ ਲੇਟ ਆਏ ਹਾਂ, ਫਾਰਮ ਨਹੀਂ ਪੜ੍ਹਦੇ ਸੀਗੇ, ਆਪਦੇ ਬੰਦੇ ਬਿਨਾਂ ਮੁਕਾਬਲਾ ਜੇਤੂ ਕਰਨਾ ਚਾਹੁੰਦੇ ਹੋ, ਲੋਕਤੰਤਰ ਰਹਿ ਨਹੀਂ ਗਿਆ ਬਈ, ਕਿਤੇ ਜਾਉਂਦੇ ਬੰਦੇ ਦੀ ਕੋਈ ਸੁਣਵਾਈ ਨਹੀਂ ਇੱਥੇ। ਟਾਈਮ ਕਿੰਨਾ ਸੀ ਫਾਰਮ ਫੜਨ ਦਾ ਵੀ ਪਤਾ ਲੱਗਿਆ ਵੀ ਤੁਸੀਂ ਲੇਟ? ਅਸੀਂ 9:30 ਦੇ ਆਏ ਬਈ, ਕੋਈ ਲੇਟ ਨਹੀਂ ਹੋਏ, ਡਰਾਮੇ ਉਹਨਾਂ ਦੇ, ਉਹਨੇ ਜਾਣ ਕੇ ਬੜਾਏ ਸੀ ਰਿਟਰਨਿੰਗ ਅਫਸਰ ਨੇ ਵੀ ਆਪਦੀ ਦੂਜਾ ਉਹ ਕਰ ਲਓ, ਜੇ ਸਹਿਮਤੀ ਹੁੰਦੀ ਰਹੇ, ਜੇ ਨਹੀਂ ਹੁੰਦੀ ਤਾਂ ਬਈ ਦੂਜਾ ਫਾਰਮ ਜਮ੍ਹਾਂ ਕਰਨੇ, ਸਾਈਨ ਉਹਦੇ ਰਹਿੰਦੇ ਸੀ ਇਕੱਲੇ, ਉਹ ਸਾਈਨ ਨਹੀਂ ਕਰਦਾ ਜਾਣ ਕੇ ਯਾਰ, ਰਲਿਆ ਹੋਇਆ ਬੰਦਾ ਨਾ, ਜੇ ਚੰਗੇ ਕੰਮਾਂ 'ਚ ਬਈ ਸਹਿਯੋਗ ਕਰਦੇ ਸੀਗੇ, ਜੇ ਧੱਕਾ ਕਰਨਗੇ ਉੱਥੇ ਕੋਈ ਸਹਿਯੋਗ ਨਹੀਂ ਬਈ, ਜੇ ਜਿੱਥੇ ਚੰਗਾ ਕੰਮ ਕਰਨਗੇ ਕੋਈ ਵੀ ਹੋਵੇ ਕਿਸੇ ਪਾਰਟੀ ਦਾ ਹੋਵੇ, ਮੈਂ ਕਿਸੇ ਪਾਰਟੀ 'ਚ ਨਹੀਂ ਰਹਿਣਾ ਹੁਣ, ਕਿਸੇ ਪਾਰਟੀ 'ਚ ਚੰਗੇ ਕੰਮ ਕਰੂਗਾ ਉਹਦੇ ਨਾਲ ਸਹਿਯੋਗ ਆ, ਜਿਹੜਾ ਕਿ ਮਾੜਾ ਕੰਮ ਕਰੂਗਾ ਬਈ ਉਹਦੇ ਖਿਲਾਫ਼। AR ਅਤੇ SS ਸਸਪੈਂਡ ਹੋਣੇ ਚਾਹੀਦੇ ਬਈ ਦੋਨੇ ਜਣੇ, ਗਾਂ ਤੋਂ ਕੋਈ ਕਿਸੇ ਵੀ ਲੋਕਤੰਤਰ ਦੇ ਵਿੱਚ ਨਾ ਕੋਈ ਧੱਕਾ ਨਾ ਕਰ ਸਕੇ, ਕੋਈ ਵੀ ਆ ਜਿਹੜਾ, ਵੋਟਾਂ ਪਾਰਦਰਸ਼ੀ ਹੋਣੀ ਚਾਹੀਦੀਆਂ।